आज देश भर विच विश्व वातावरण दिवस मनाया जा रहा है, जिसके चलदे जिला सिविल सर्जन गुरदासपुर डॉक्टर हरभजन राम मांडी जी के दिशा निर्देश अनुसार SMO डॉक्टर भुपिंदर कौर और CMC नौशहरा मज्जा सिंह की अगवाई हेठ मनाया जा रहा है। पंजाब सूबे नूं सेहतमंद बनाउण दे मंतव नाल स्थानक कम्यूनिटी हैल्थ सेंटर विच बूटे भी लगाए गए। मस्का चस्का टाइम गुरदासपुर तो इंद्रजीत और जगजीत सिंह की विशेष रिपोर्ट। मैडम जी, अब विश्व वातावरण दिवस मना रहे हैं, की संदेश देना चाहते हैं? जिहड़ा हैगा विश्व वातावरण दिवस के उत्ते मैं यही कहना चाहवांगी कि अजकल दे माहौल दे विच आपां नूं वध तों वध दरख्त लगाने चाहीदे ने, तां कि अपना जिहड़ा हैगा आला दुआला वह एक साफ सुथरा वातावरण होवे, ते इहदे नाल ही जिहड़ा हैगा आपां वधिया जिहड़ी जीवन हैगा वह व्यतीत कर सकते हैं, क्योंकि साडी जिहड़ी जिंदगी हैगी है वह इस जलवायु दे उत्ते निर्भर करती है। कुछ जड़े जिवें प्लांट्स है गया, साडे मेडिसिनल वैल्यू है, डेकोरेटिव वैल्यू है, ते नाल दी नाल जड़ा हैगा इहदे विच ऑक्सीजन जड़ी है, दैट इज़ द मोस्ट इंपॉर्टेंट थिंग। अजकल दे जिवें माहौल दे विच सानू किन्नियां दिक्कतां पेश आ रही हैगियां, ते जे असीं अपने वातावरण नूं स्वच्छ साफ सुथरा रखिए, ते वध तों वध जिहड़े हैगे आ प्लांटेशन करिए, ते असी आने वाली जिहड़ी हैगी साडी जनरेशन उहदे वास्ते एक सखावां माहौल छड के जा सकदे आ। सर, तुसीं एक संस्था बनाई आ वाइपो धारीवाल वातावरण नूं शुद्ध करन वास्ते, ते अज तुसीं चल के नौशहरा मज्जा सिंह CSE आए हो, की संदेश देना चाहुंदे हो? सत श्री अकाल जी, मैं डॉक्टर कमलजीत सिंह KJ ਬਾਈ ਸਾਹਿਬ ਧਾਰੀਵਾਲ ਤੋਂ। ਅਸੀਂ ਅੱਜ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਹੈਗਾ। ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦਾ ਮਕਸਦ ਇਹ ਹੈਗਾ ਕਿ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਿਹੜੀ ਆ ਜਾਗਰੂਕ ਕਰਨਾ। ਜਾਗਰੂਕ ਕਦੋਂ ਕਰਨ ਦੀ ਜ਼ਰੂਰਤ ਪੈਂਦੀ ਹੈ? ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਨਿਗਾਰ ਆ ਜਾਂਦਾ ਹੈਗਾ, ਔਰ ਸਾਡੇ ਲਈ ਜਿਹੜੀ ਹੈ ਪਲਾਂਟਸ, ਪਾਣੀ ਔਰ ਹਵਾ ਜਿਹੜੀ ਹੈਗੀ, ਇਹਦੀ ਸ਼ੁੱਧਤਾ ਜਿਹੜੀ ਹੈਗੀ ਬਹੁਤ ਜ਼ਰੂਰੀ ਹੈਗੀ, ਔਰ ਇਹਨਾਂ ਦੀ ਸ਼ੁੱਧਤਾ ਵਾਸਤੇ ਸਾਨੂੰ ਪਲਾਂਟੇਸ਼ਨ ਬਹੁਤ ਜ਼ਰੂਰੀ ਚਾਹੀਦੀ ਹੈਗੀ। ਭਾਰਤ ਦੇ ਵਿੱਚ ਜੀਣ ਵਾਸਤੇ ਜਾਂ ਵਿਸ਼ਵ ਦੇ ਵਿੱਚ ਜੀਣ ਵਾਸਤੇ 33% ਜੰਗਲਾਂ ਦੀ ਜ਼ਰੂਰਤ ਹੈਗੀ, ਪਰ ਭਾਰਤ ਦੇ ਵਿੱਚ ਜਿਹੜੇ ਜੰਗਲਾਂ ਦੀ ਜ਼ਰੂਰ ਹੈਗੀ ਸੰਖਿਆ ਹੈਗੀ ਉਹ ਹੈਗੀ 24%, ਔਰ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਹੈਗੀ, 6% ਦੇ ਕਰੀਬ ਹੈਗੀ। ਸੋ ਅੱਜ ਜੋ ਵਿਸ਼ਵ ਵਾਤਾਵਰਨ ਦਿਵਸ ਮਨਾ ਰਹੇ ਹਾਂ, ਇਹ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ, ਜਾਗਰੂਕ ਕਰਾਂਗੇ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ, ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈਗੀ, ਸਰਕਾਰੀ ਜਗ੍ਹਾ ਹੋਏ, ਪ੍ਰਾਈਵੇਟ ਲੈਂਡ ਹੋਏ, ਉੱਥੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ, ਔਰ ਨਾਲ ਨਾਲ ਆਪਣੀ ਜਿਹੜੀ ਹੈਗੀ ਪ੍ਰਦੂਸ਼ਣ ਨੂੰ ਰੋਕਿਆ ਜਾਏ। ਜਿਹੜੀਆਂ ਕਣਕਾਂ ਨੂੰ, ਪਰਾਲੀਆਂ ਨੂੰ ਅੱਗਾਂ ਲਗਾਈਆਂ ਜਾਂਦੀਆਂ ਨੇ ਜਾਂ ਹੋਰ ਅੱਗਾਂ ਲਗਾ ਕੇ ਧੂੰਆਂ ਪੈਦਾ ਕੀਤਾ ਜਾਂਦਾ ਨੇ, ਉਹਨੂੰ ਕੰਟਰੋਲ ਕੀਤਾ ਜਾਏ, ਆਪਣਾ ਜਿਹੜਾ ਪਾਣੀ ਹੈ ਉਹਨੂੰ ਸਵੱਸਥ ਰੱਖਿਆ ਜਾਏ, ਉਹਨੂੰ ਪਲੂਟ ਨਾ ਕੀਤਾ ਜਾਏ। ਅਗਰ ਪਾਣੀ ਹਵਾ ਸਾਫ਼ ਸੁਥਰੀ ਹੋਏਗੀ ਤਾਂ ਅਸੀਂ ਸਾਡਾ ਜਿਹੜਾ ਜੀਣਾ ਜਿਹੜਾ ਸੌਖਾ ਹੋਏਗਾ। ਇਹ ਵਾਤਾਵਰਨ 'ਤੇ ਹੀ ਸਾਡੀ ਸਿਹਤ ਡਿਪੈਂਡ ਕਰਦੀ ਹੈਗੀ। ਕੋਵਿਡ ਮਹਾਂਮਾਰੀ ਨੇ ਦੇਖੋ ਇੱਕ ਐਕਸਪੋਜ਼ ਕਰਤਾ ਹੈਗਾ ਕਿ ਆਕਸੀਜਨ ਸਾਡੇ ਲਈ ਕਿੰਨੀ ਜ਼ਰੂਰੀ ਹੈਗੀ, ਔਰ ਆਕਸੀਜਨ ਸਾਨੂੰ ਇਹ ਬੂਟਿਆਂ ਨੇ ਦੇਣੀ ਹੈਗੀ, ਪਲਾਂਟਸ ਨੇ ਦੇਣੀ ਹੈ। ਅਤੇ ਆਓ ਅਸੀਂ ਪ੍ਰਣ ਕਰੀਏ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ 33% ਧਰਤੀ ਦੇ ਉੱਪਰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬੂਟੇ ਲਗਾ ਕੇ ਸ਼ੁੱਧ ਵਾਤਾਵਰਨ ਤਿਆਰ ਕਰੀਏ। ਧੰਨਵਾਦ।